ਪੰਜਾਬੀ ਗਾਇਕ ਕਰਨ ਔਜਲਾ ਨੇ ਹਾਲ ਹੀ ਵਿੱਚ ਆਪਣਾ 26ਵਾਂ ਜਨਮ ਦਿਨ ਸੈਲੀਬ੍ਰੇਟ ਕੀਤਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਆਪਣੀ EP ਦਾ ਪੋਸਟਰ ਵੀ ਸ਼ੇਅਰ ਕੀਤਾ ਹੈ ਦੱਸ ਦਈਏ ਕਿ ਕਰਨ ਔਜਲਾ ਦੀ EP ਯਾਨੀ ਕਿ ਐਲਬਮ ਫਾਰ ਯੂ ਦਾ ਐਲਾਨ ਕੀਤਾ ਗਿਆ ਹੈ ਇਸ ਤੋਂ ਬਾਅਦ ਹੁਣ ਫਿਰ ਤੋਂ ਕਰਨ ਔਜਲਾ ਸੁਰਖੀਆਂ ਵਿੱਚ ਆ ਗਏ ਨੇ ਸਾਰਿਆਂ ਨੂੰ ਪਤਾ ਹੈ ਕਿ ਕਰਨ ਔਜਲਾ ਅਗਲੇ ਮਹੀਨੇ 3 ਫਰਵਰੀ ਨੂੰ ਵਿਆਹ ਦੇ ਬੰਧਨ ਦੇ ਵਿੱਚ ਬੰਧਨ ਜਾ ਰਹੇ ਨੇ ਉਹ ਆਪਣੀ ਲੇਡੀ ਲਵ ਪਲਕ ਨਾਲ ਵਿਆਹ ਕਰਵਾਉਣ ਜਾ ਰਹੇ ਨੇ ਪਿਛਲੇ ਸਾਲ ਹੀ ਇਸ ਜੋੜੇ ਨੇ ਆਪਣੇ ਵਿਆਹ ਦਾ ਐਲਾਨ ਕੀਤਾ ਸੀ ਇਨਾਂ ਹੀ ਨਹੀਂ ਪਲਕ ਦੇ ਬ੍ਰਾਈਡਲ ਸ਼ਾਵਰ ਦੀਆਂ ਖੂਬਸੂਰਤ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਹਾਲ ਹੀ ਵਿੱਚ ਕਰਨ ਔਜਲਾ ਦੀ ਪਲਕ ਨਾਲ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ ਜੋ ਕਿ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੱਸ દઈએ ਕਿ ਇਸ ਤਸਵੀਰ ਦੇ ਵਾਇਰਲ ਹੋਣ ਦਾ ਇੱਕ ਕਾਰਨ ਹੈ ਕਿ ਕਰਨ ਔਜਲਾ ਦੀ ਮੰਗੇਤਰ ਦਾ ਨਵਾਂ ਲੁੱਕ ਪਲਕ ਆਪਣੇ ਬ੍ਰਾਈਡਲ ਸ਼ਾワー ਦੇ ਫੰਕਸ਼ਨ ਦੇ ਵਿੱਚ ਕਾਫੀ ਮੋਟੀ ਨਜ਼ਰ ਆ ਰਹੀ ਸੀ ਇਸ ਤੋਂ ਬਾਅਦ ਉਸ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਪਰ ਹੁਣ ਪਲਕ ਬਿਲਕੁਲ ਨਵੇਂ ਲੁੱਕ ਵਿੱਚ ਸਾਹਮਣੇ ਆਈ ਹੈ ਵਿਆਹ ਤੋਂ ਪਹਿਲਾਂ ਪਲਕ ਦੀ ਨਵੀਂ ਲੁੱਕ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ ਇਸ ਤਸਵੀਰ ਨੂੰ ਇਨਸਟੈਂਟ ਪਾਲੀਵੁੱਡ ਦੇ ਅਧਿਕਾਰਤ ਇੰਸਟਾਗ੍ਰam ਅਕਾਊਂਟ ਤੇ ਸ਼ੇਅਰ ਕੀਤਾ ਗਿਆ ਹੈ ਜਿਸ ਵਿੱਚ ਕਰਨ ਔਜਲੇ ਤੇ ਪਲਕ ਦੋਵੇਂ ਬੇहद ਖੂਬਸੂਰਤ ਲੱਗ ਰਹੇ ਨੇ ਐਂਡ ਫਾਈਨਲੀ ਹੁਣ 3 ਫਰਵਰੀ ਨੂੰ ਕਰਨ ਔਜਲੇ ਦੀ ਮੈਰਿਜ ਪਲਕ ਦੇ ਨਾਲ ਹੋ ਜਾਵੇਗੀ ਕੌਣ ਕੌਣ ਇਹਨਾਂ ਦੀ ਮੈਰਿਜ ਅਪਡੇਟਸ ਦੇ ਨਾਲ ਅਪਡੇਟਡ ਰਹਿਣਾ ਚਾਹੁੰਦਾ ਹੈ ਜਲਦ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਤੁਸੀਂ ਸਭ ਤੋਂ ਪਹਿਲਾਂ ਵੀਡੀਓ ਦੇਖ ਸਕੋ ਫਿਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ